ਸਸਿਰੇ ਜੀਓ ਆਪ ਚੋ ਬਹੁਤ ਲੋਕਾਂ ਨੇ ਹੀਰਾ ਦੇਖਿਆ ਹੋਣਾ ਹੈ ਡਾਇਮੰਡ ਦੇਖਿਆ ਹੋਣਾ ਹੈ ਭਲੀ ਤਰ੍ਹਾਂ ਹੀਰੇ ਦਾ ਭਾਰ ਕੁਇੰਟਲਾਂ ਵਿੱਚ ਨਹੀਂ ਹੁੰਦਾ ਕਿਲੋਆਂ ਵਿੱਚ ਵੀ ਹੁੰਦਾ ਹੋਵੇਗਾ ਪਰ ਮੋਸਟਲੀ ਹੀਰਾ ਬਹੁਤ ਛੋਟਾ ਜਿਹਾ ਹੁੰਦਾ ਹੈ ਭਾਈ ਗੁਰਦਾਸ ਜੀ ਦਾ ਇੱਕ ਦਿਨ ਜਿਹੜਾ ਆਪਣੇ ਦਾਸ ਨੇ ਗਾਇਨ ਕਰ ਲਿਆ ਨੇ ਨਾ ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਹੀਰਾ ਹੱਥ ਮੈਂ ਹੀਰਾ ਰੱਖਿਆ ਹੋਵੇ ਹੱਥ ਦੀ ਤਲੀ ਤੇ ਉਹਦਾ ਕੁਛ ਭਾਰ ਨਹੀਂ ਲੱਗਦਾ ਹੱਥ ਨੂੰ ਮੁੰਦਰੀ ਵਿੱਚ ਪਾਈ ਦਿੱਤੇ ਆ ਜੈਸੇ ਹੀਰਾ ਹੱਥ ਮੈਂ ਤਨ ਭਾਵ ਛੋਟਾ ਜਿਹਾ ਤਨ ਕਿਸੋਂ ਦਿਖਾਈ ਦੇ ਛੋਟਾ ਜਿਹਾ ਦਿਸਦਾ ਹੈ ਹੀਰਾ ਹੱਥ ਤੇ ਪਿਆ ਹੋਇਆ ਪਰ ਜਦੋਂ ਹੀਰੇ ਨੂੰ ਵੇਚੋ ਤੇ ਫਿਰ ਜਿਹੜੇ ਪੈਸੇ ਪ੍ਰਾਪਤ ਹੁੰਦੇ ਨੇ ਹੱਥ ਵਿੱਚ ਨਹੀਂ ਆਉਂਦੇ ਮੋਲ ਕੀ ਹੈ ਤੇ ਦਮਕਣ ਭਰਤ ਭੰਡਾਰ ਜੀ ਘਰ ਭਰ ਜਾਂਦਾ ਹੈ ਇੰਨੇ ਪੈਸੇ ਮਿਲਦੇ ਨੇ ਇੰਨਾ ਕਿ ਹੀਰਾ ਵੇਚਿਆ ਜੈਸੇ ਹੀਰਾ ਹੱਥ ਮੈਂ ਤਨ ਕਿਸੋਂ ਦਿਖਾਈ ਦੇ ਮੋਲ ਕੀ ਹੈ ਤੇ ਦਮਕਣ ਭਰਤ ਭੰਡਾਰ ਜੀ ਦੂਸਰੀ ਮਿਸਾਲ ਜੈਸੇ ਬਰ ਬਾਂਧੇ ਹੁੰਦੀ ਹੁੰਡੀ ਦਾ ਕਾਗਜ਼ ਬਹੁਤੇ ਨੇ ਬਜ਼ੁਰਗਾਂ ਨੇ ਵੇਖਿਆ ਹੋਣਾ ਉਹ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਹੁੰਡੀ ਦਾ ਕਾਗਜ਼ ਲਿਖਾ ਲੈਣਾ ਕਾਗਜ਼ ਨੂੰ ਆਪਣੇ ਪੱਗ ਦੇ ਲੜ ਵਿੱਚ ਬੰਨ ਕੇ ਇੱਕ ਸ਼ਹਿਰ ਤੋਂ ਦੂਜੇ ਜਾ ਕੇ ਹੁੰਡੀ ਤਰ ਜਾਂਦੀ ਸੀ ਅੱਜ ਦੀ ਬੋਲੀ ਜਿਸ ਨੂੰ ਚੈੱਕ ਕਹਿ ਲਓ ਡਰਾਫਟ ਕਹਿ ਲਓ ਚੈੱਕ ਕੋਈ ਅਖਬਾਰ ਜਿੱਡਾ ਲੰਬਾ ਚੌੜਾ ਨਹੀਂ ਹੁੰਦਾ ਨਾ ਹੀ ਉਸਦਾ ਕੋਈ ਭਾਰ ਹੁੰਦਾ ਹੈ ਚਾਰ ਤਹਿਾਂ ਕਰਕੇ ਜੇਬ ਵਿੱਚ ਪਾਲੀਦਾ ਪਰ ਜਿਸ ਵੇਲੇ ਉਸਤੇ ਲਿਖਿਆ ਹੋਇਆ ਪੈਸਾ ਜਿਸ ਵੇਲੇ ਬੈਂਕ ਵਿੱਚ ਜਾ ਕੇ ਉਸਨੂੰ ਕੈਸ਼ ਕਰਾਓ ਨਾ ਤੇ ਫਿਰ ਜਿਹੜਾ ਧਨ ਪ੍ਰਾਪਤ ਹੁੰਦਾ ਨਾ ਉਹ ਜੇਬ ਵਿੱਚ ਨਹੀਂ ਆਉਂਦਾ ਕਿਸੇ ਦੇ ਚੈੱਕ ਤੇ ਲਿਖਿਆ ਹੋਇਆ ਹੈ ਕਿਸੇ ਦੇ ਡਰਾਫਟ ਤੇ ਲਿਖਿਆ ਹੋਇਆ ਹੈ ਕਰੋੜ ਰੁਪਈਆ ਚੈੱਕ ਤੇ ਉਸਨੇ ਫੋਲਡ ਕੀਤਾ ਦੋ ਤਹਿਾਂ ਕੀਤੀਆਂ ਜੇਬ 'ਚ ਪਾ ਲਿਆ ਪਰ ਜਿਸ ਵੇਲੇ ਉਸਨੂੰ ਬੈਂਕ 'ਚ ਜਾ ਕੇ ਕੈਸ਼ ਕਰਾਇਆ ਤੇ ਕਰੋੜ ਰੁਪਈਆ ਜੇਬ 'ਚ ਨਹੀਂ ਆਉਣਾ ਉਹਦੇ ਲਈ ਬੈਗ ਲਿਜਾਣਾ ਪਏਗਾ ਦੋ ਸਿਕਿਉਰਿਟੀ ਵਾਲੇ ਗਾਰਡ ਲਿਜਾਣੇ ਪੈਣਗੇ ਭਾਵ ਛੋਟੇ ਜਿਹੇ ਹੀਰੇ ਦਾ ਬਹੁਤ ਮੁੱਲ ਮਿਲਿਆ ਛੋਟੇ ਜਿਹੇ ਚੈੱਕ ਦਾ ਬਹੁਤ ਵੱਡਾ ਮੁੱਲ ਮਿਲਿਆ ਪਿੰਡਾਂ ਵਿੱਚ ਇੱਕ ਚੀਜ਼ ਹੋਰ ਆਮ ਵੀ ਦੇਖਦੀ ਨੇ ਉਸ ਨੂੰ ਕਹਿੰਦੇ ਨੇ ਬੋੜ ਦਾ ਦਰਖਤ ਬੋੜ ਦੇ ਦਰਖਤ ਦਾ ਜੋ ਬੀਜ ਹੈ ਨਾ ਉਹ ਸੇਬ ਜਿੱਡਾ ਜਾਂ ਅੰਬ ਜਿੱਡਾ ਜਾਂ ਖਰਬੂਜ਼ੇ ਜਿੱਡਾ ਨਹੀਂ ਹੁੰਦਾ ਬਿਲਕੁਲ ਖਸ ਖਾਸ ਦੇ ਦਾਣੇ ਜਿੱਡਾ ਹੁੰਦਾ ਹੈ ਬੋੜ ਦੇ ਦਰਖਤ ਦਾ ਬੀਜ ਬਿਲਕੁਲ ਛੋਟਾ ਜਿਹਾ ਜਿਸਨੇ ਬੱਤਰ ਸਿਰ ਉਸਨੂੰ ਬੀਜਿਆ ਤੇ ਹੋਇਆ ਕਿ ਇੰਨੇ ਇੱਕ ਛੋਟੇ ਜਿਹੇ ਬੀਜ ਵਿੱਚੋਂ ਨਾ ਐਡਾ ਵੱਡਾ ਬੋੜ ਦਾ ਦਰਖਤ ਨਿਕਲਿਆ ਭਾਵ ਛੋਟੀ ਜਿਹੀ ਚੀਜ਼ ਤੋਂ ਫਲ ਬਹੁਤ ਪ੍ਰਾਪਤ ਹੋਇਆ ਜੈਸੇ ਹੀਰਾ ਹੱਥ ਮੈਂ ਤਨ ਕਿਸੋਂ ਦਿਖਾਈ ਦੇ ਤਨ ਮੇਰੇ ਛੋਟਾ ਹੱਥ ਪਿਆ ਹੋਇਆ ਛੋਟਾ ਜਿਹਾ ਦਿਖਾਈ ਦਿੰਦਾ ਮੋਲ ਕੀ ਹੈ ਜਿਸਨੇ ਮੁੱਲ ਪਵਾਇਆ ਦਮਕਣ ਭਰਤ ਭੰਡਾਰ ਜੀ ਜੈਸੇ ਬਰ ਬਾਂਧੇ ਹੁੰਦੀ ਪਰ ਮੈਨੇ ਲੜ ਲੜ ਚ ਵਿੱਚ ਬੰਦੀ ਕੱਢੀ ਹੋਈ ਹੁੰਦੀ ਜੈਸੇ ਬਰ ਬਾਂਧੇ ਹੁੰਦੀ ਲਾਗਤ ਨਾ ਭਾਰ ਪਛੂ ਆਗੇ ਜੈ ਪਾਈਏ ਤਾਂ ਲਕਸ਼ਮੀ ਅਪਾਰ ਜੀ ਜੈਸੇ ਵੱਟ ਬੀਜ ਆਪਾਂ ਬੋੜ ਕਹਿੰਦੇ ਹਾਂ ਵੱਟ ਵੀ ਕਹਿੰਦੇ ਨੇ ਜੈਸੇ ਪੰਜ ਵੱਟੀ ਇੱਕ ਸ਼ਹਿਰ ਵੀ ਹੈ ਪੰਜ ਵੱਟੀ ਜਿੱਥੇ ਪੰਜ ਬੋੜ ਕੱਟੀਆਂ ਹੀ ਨੇ ਪੰਜ ਵੱਟੀ ਵੀ ਕਹਿੰਦੇ ਨੇ ਬੋੜ ਦੇ ਦਰਖਤ ਦਾ ਬੀਜ ਬਹੁਤ ਛੋਟਾ ਜਿਹਾ ਪਰ ਫਲ ਉਸਦਾ ਬੀਜਣ ਦਾ ਬੋੜ ਜਿੱਡਾ ਪ੍ਰਾਪਤ ਹੋਇਆ ਤੇ ਬੀਜ ਨਾਲੋਂ ਹਜ਼ਾਰਾਂ ਕਰੋੜਾਂ ਗੁਣਾ ਵੱਡਾ ਜੈਸੇ ਵੱਟ ਬੀਜ ਵੱਤ ਸੂਰਮ ਸਰੂਪ ਹੋਏ ਹੋਏ ਸੇ ਵਿਵਿਧ ਕਰੇ ਬਿਰਖਾ ਵਿਸਥਾਰ ਜੀ ਇਹ ਬਚਨ ਹੈ ਭਾਈ ਗੁਰਦਾਸ ਜੀ ਦਾ ਕਵਿਤ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਸਨ ਆਪਣੀ ਤੱਤ ਦੀ ਗੱਲ ਬਿਆਨ ਕਰਨ ਤੋਂ ਪਹਿਲਾਂ ਤਿੰਨ ਚਾਰ ਪੰਜ ਛੇ ਅੱਠ ਦਸ ਦਸ ਮਿਸਾਲਾਂ ਵੀ ਉਹ ਦੇ ਦਿੰਦੇ ਨੇ ਤੱਤ ਦੀ ਗੱਲ ਫਿਰ ਅਖੀਰ 'ਚ ਬਿਆਨ ਕਰਦੇ ਨੇ ਆਖਦੇ ਨੇ ਤੈਸੇ ਗੁਰ ਬਚਨ ਗੁਰੂ ਦਾ ਬਚਨ ਸੱਜਣ ਗੁਰ ਸਿੱਖਣ ਮੈਂ ਥੋੜਾ ਜਿੰਨਾ ਵੀ ਬਿਲਕੁਲ ਮਾਮੂਲੀ ਜਿਹਾ ਵੀ ਹਿਰਦੇ ਵਿੱਚ ਵਸ ਜਾਏ ਨਾ ਤੈਸੇ ਗੁਰ ਬਚਨ ਸੱਜਣ ਗੁਰ ਸਿੱਖਣ ਮੈਂ ਜਾਣੀਏ ਮਹਾਤਮ ਉਹਦਾ ਫਲ ਕੀ ਪ੍ਰਾਪਤ ਹੋਏਗਾ ਗਏ ਹੀ ਹਰ ਦੁਆਰ ਜੀ ਇਹ ਹਰਿਦੁਆਰ ਜਿਹੜਾ ਦੇਹਰਾਦੂਨ ਦੇ ਕੋਲੋਂ ਨਹੀਂ ਪਰਮਾਤਮਾ ਦੇ ਦਰ ਤੇ ਜਾ ਕੇ ਉਸਦੀ ਐਡੀ ਵੱਡੀ ਪ੍ਰਾਪਤੀ ਹੋ ਜਾਏਗੀ ਕਿ ਉਹ ਕਥਨ ਤੋਂ ਬਾਹਰ ਹੈ ਤੈਸੇ ਕੋਲ ਬਚਨ ਸੱਚਨ ਕੋ ਸਿੱਖਣ ਮੈਂ ਜਾਣੀਏ ਮਹਾਤਮ ਗਏ ਹੀ ਹਰ ਦੁਆਰ ਜੀ ਹੁਣ ਕੋਈ ਆਪ ਜੀ ਵਿੱਚੋਂ ਆਖ ਸਕਦਾ ਹੈ ਕਾਕਾ ਹਰਜੋਤ ਸਿੰਘ ਸਟੇਜ ਤੋਂ ਬੈਠਾ ਇੱਦਾਂ ਇੱਦਾਂ ਲੈਕਚਰ ਪਿਆ ਕਰਦਾ ਹੈ
ਤੇ ਦੱਸ ਬਾਣੀ ਹਿਰਦੇ ਵਿੱਚ ਕਿਵੇਂ ਵਸੇ। ਆਪ ਜੀ ਜਿੱਥੇ ਵੀ ਬੈਠੇ ਹੋਣ ਮੈਂ ਆਪ ਜੀ ਦੇ ਚਰਨਾਂ ਦੀ ਧੂੜ ਪੋਚਦਾ ਹਾਂ ਜੋ ਇੰਨੀ ਦੇਰ ਤੱਕ ਬੈਠ ਕੇ ਆਪ ਜੀ ਸਰਵਣ ਕਰ ਰਹੇ। ਆਪ ਜੀ ਚੋਂ ਕਿਸੇ ਦਾ ਵੀ ਇਹ ਸਵਾਲ ਹੋਵੇ ਨਾ ਕਿ ਇਤਨਾ ਜਿਹਾ ਬਚਨ ਜੇ ਗੁਰੂ ਬਚਨ ਬਾਣੀ ਗੁਰੂ ਜੀ ਹਿਰਦੇ ਵਿੱਚ ਵਸੇ ਤਾਂ ਕਿੱਡਾ ਵੱਡਾ ਮਹੱਤਵ ਪ੍ਰਾਪਤ ਹੁੰਦਾ ਹੈ। ਅਤੇ ਭਾਈ ਹਰਜੋਤ ਸਿੰਘ ਇਹ ਤਾਂ ਦੱਸ ਵੀ ਇਹ ਹਿਰਦੇ ਵਿੱਚ ਵਸੇ ਕਿਵੇਂ, ਹਿਰਦੇ ਵਿੱਚ ਵਸੇ ਕਿਵੇਂ, ਇਸ ਦਾ ਵੀ ਜਵਾਬ ਭਾਈ ਗੁਰਦਾਸ ਜੀ ਕੋਲ ਲੈ ਲੈਂਦੇ। ਉਹ ਕਹਿੰਦੇ ਇੱਕ ਬੰਦਾ ਮੈਂ ਵੇਖਿਆ ਸੁਨਿਆਰੇ ਦੀ ਦੁਕਾਨ 'ਤੇ, ਜਿਹੜਾ ਹੀਰਿਆਂ ਦਾ ਸੋਨੇ ਦਾ ਪਾਤੂ ਵਪਾਰੀ ਸੀ, ਉਸਦੀ ਦੁਕਾਨ ਦੇ ਦਰਵਾਜ਼ੇ 'ਤੇ ਚੌਕੀਦਾਰ ਬਣ ਕੇ ਖੜਾ ਹੋ ਗਿਆ। ਚਾਰ ਪੰਜ ਮਹੀਨੇ ਨਾ ਉਸਨੇ ਉੱਥੇ ਨੌਕਰੀ ਕੀਤੀ ਅਤੇ ਮਾਲਕਾਂ ਨੇ ਵੇਖਿਆ ਬੰਦਾ ਬੜਾ ਇਤਬਾਰ ਵਾਲਾ ਹੈ, ਉਸਨੂੰ ਆਖਣ ਲੱਗੇ ਧੁੱਪ ਬਹੁਤ ਹੈ ਦੁਕਾਨ ਦੇ ਅੰਦਰ ਆ ਜਾ। ਦੋ ਚਾਰ ਮਹੀਨੇ ਦੁਕਾਨ ਦੇ ਅੰਦਰ ਖੜਾ ਹੁੰਦਾ ਰਿਹਾ, ਹੋਰ ਇਤਬਾਰ ਬਣ ਗਿਆ। ਆਖਣ ਲੱਗੇ ਆਹ ਫੜ ਚਾਬੀਆਂ, ਕੱਲ੍ਹ ਪਰਸੋਂ ਅਸੀਂ ਦੋ ਦਿਨ ਲੇਟ ਆਉਣਾ ਹੈ ਦੁਕਾਨ 'ਤੇ, ਤੂੰ ਦਿਲੇ ਸਿਰ ਦੁਕਾਨ ਖੋਲ੍ਹ ਦੇ, ਕੋਈ ਗ੍ਰਾਹਕ ਮੁੜ ਨਾ ਜਾਏ। ਦੋ ਚਾਰ ਵਾਰੀ ਇੱਦਾਂ ਵੀ ਹੋਇਆ। ਫਿਰ ਉਹ ਆਖਣ ਲੱਗੇ ਕਦੀ ਅਸੀਂ ਲੇਟ ਹੋ ਜਾਈਏ ਅਤੇ ਕੋਈ ਗਾਹਕ ਸੌਦਾ ਪੱਤਾ ਮੰਗੇ ਨਾ, ਕੋਈ ਹੀਰਾ ਮੰਗੇ ਅਤੇ ਆਹ ਇੱਦਾਂ ਦਿਖਾ ਦੇ। ਇੱਕ ਬੰਦਾ ਜਿਸਨੂੰ ਹੀਰਿਆਂ ਦੀ ਬਿਲਕੁਲ ਪਰਖ ਨਹੀਂ, ਹੌਲੀ ਹੌਲੀ ਦੇਖਦਿਆਂ ਦੇਖਦਿਆਂ ਉਹ ਹੀਰਿਆਂ ਦਾ ਪਰਖ ਹੋ ਗਿਆ। ਭਾਈ ਗੁਰਦਾਸ ਜੀ ਪੇਖਤ ਪੇਖਤ ਜੈਸੇ, ਦੇਖਦਿਆਂ ਦੇਖਦਿਆਂ ਜਿਵੇਂ ਰਤਨ ਪਾਰਖੂ ਹੋ, ਰਤਨਾਂ ਦਾ ਪ੍ਰਪਾਰਖੂ ਹੋ ਗਿਆ। ਸੁਣਤ ਸੁਣਤ ਜੈਸੇ ਪੰਡਿਤ ਪ੍ਰਵੀਨ ਹੈ, ਪੁਰਾਣੇ ਬਜ਼ੁਰਗ ਬਹੁਤ ਪੜ੍ਹੇ ਲਿਖੇ ਨਹੀਂ ਸਨ ਹੁੰਦੇ। ਇਸ ਲਈ ਕਿਸੇ ਇੱਕ ਬਜ਼ੁਰਗ ਨੇ ਜਿਹਦਾ ਥੋੜ੍ਹੀ ਘਣੀ ਪੰਜਾਬੀ ਗੁਰਮੁਖੀ ਪੜ੍ਹਿਆ ਹੋਣਾ, ਉਸਨੇ ਪੋਥੀ ਪੜ੍ਹਨੀ ਅਤੇ ਬਾਕੀਆਂ ਨੇ ਬੜੀ ਨੀਝ ਲਾ ਕੇ ਧਿਆਨ ਲਾ ਕੇ ਸੁਣਨਾ। ਸੁਣ ਸੁਣ ਕੇ ਹੀ ਉਹਨਾਂ ਗੁਰਸਿੱਖਾਂ ਨੂੰ ਬਜ਼ੁਰਗਾਂ ਨੂੰ ਗੰਤ ਗੰਤ ਸਾਖੀਆਂ ਯਾਦ ਹੋ ਗਈਆਂ, ਜਿਹੜੀਆਂ ਸਟੇਜ 'ਤੇ ਵਿਆਖਿਆ ਕਰਨ ਵਾਲਿਆਂ ਨੂੰ ਵੀ ਯਾਦ ਨਹੀਂ ਸਨ। ਸੁਣ ਸੁਣ ਕੇ ਪ੍ਰਵੀਨ ਹੋ ਗਏ। ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਵੇਖ ਵੇਖ ਕੇ ਰਤਨਾਂ ਦਾ ਪਾਪ ਹੋ ਗਿਆ, ਇੱਦਾਂ ਸੁਣ ਸੁਣ ਕੇ ਪੰਡਿਤ ਭਾਵ ਵਿਦਵਾਨ ਪ੍ਰਵੀਨ ਹੋ ਗਿਆ। ਤੀਸਰੀ ਮਿਸਾਲ ਲਿਖਤ ਲਿਖਤ ਲੇਖ, ਜਿਹੜੇ ਅੱਜ ਕੱਲ੍ਹ ਨਾ ਵੱਡੇ ਵੱਡੇ ਰਾਈਟਰ ਨੇ, ਇਹ ਕੋਈ ਪੈਦਾ ਹੁੰਦੇ ਰਾਈਟਰ ਨਹੀਂ ਸਨ, ਇਹਨਾਂ ਵੀ ਪਹਿਲਾਂ ਕੂੜਾ ਪੈੜਾ ਕੀੜੀ ਸਸਾ ਕੂੜਾ ਊਠ ਪੈੜਾ ਅੰਬ ਕੀੜੀ ਇਮਲੀ ਹਾਂਜੀ ਸੱਸਾ ਸਿਹਾ ਹਜ਼ਾਰਾਂ ਵਾਰੀ ਲਿਖਿਆ, ਕਈ ਵਾਰੀ ਟੀਚਰਾਂ ਤੋਂ ਥੱਪੜ ਵੀ ਖਾਧੇ ਹੋਣੇ। ਪਰ ਜਦੋਂ ਵਾਰ ਵਾਰ ਲਿਖਣ ਲੱਗ ਪਏ, ਵਾਰ ਵਾਰ ਹਜ਼ਾਰ ਹਾਂ ਵਾਰੀ ਲਿਖਿਆ, ਹੌਲੀ ਹੌਲੀ ਰਾਈਟਰ ਹੋ ਗਏ ਅਤੇ ਦੁਨੀਆ ਵਿੱਚ ਮਸ਼ਹੂਰ ਹੋ ਗਏ। ਪਰ ਸ਼ੁਰੂ ਕੂੜੇ ਅੜੇ ਤੋਂ ਹੀ ਕੀਤਾ ਸੀ। ਭਾਈ ਵੀਰ ਸਿੰਘ ਵਰਗੇ ਹੋ ਗਏ, ਉਹਨਾਂ ਨੇ ਵੀ ਕੂੜਾ ਅੜੇ ਲਿਖਿਆ। ਪ੍ਰੋਫੈਸਰ ਪੂਰਨ ਸਿੰਘ ਬਣ ਗਏ, ਸ਼ੇਕਸਪੀਅਰ ਬਣ ਗਏ, ਜੌਨ ਕੀਟਸ ਹੋ ਗਏ, ਜਿਹੜੇ ਇੰਗਲਿਸ਼ ਦੇ ਰਾਈਟਰ ਸਨ ਉਹ ਵੀ ਏ ਫੋਰ ਪੈਪਲ ਬੀ ਫੋਰ ਬੋਏ ਸੀ ਫੋਰ ਕੈਟ ਇੱਦਾਂ ਹੀ ਸ਼ੁਰੂ ਹੋਏ ਸਨ। ਹੌਲੀ ਹੌਲੀ ਕਰਦਿਆਂ ਵਾਰ ਵਾਰ ਪੁਨਾ ਪੁਨਾ ਕਰਦਿਆਂ ਰਾਈਟਰ ਹੋ ਗਿਆ। ਭਾਈ ਸਾਹਿਬ ਕਹਿੰਦੇ ਨੇ ਲਿਖਤ ਲਿਖਤ ਲੇਖ ਜੈਸੇ ਤੋਂ ਲੇਖਕ ਹੋ। ਸਾਡੀ ਮਿਸਾਲ ਦਿੱਤੀ ਗਾਵਤ ਗਾਵਤ ਜੈਸੇ ਗਾਇਨ ਕਮੀਨ ਹੈ, ਇਹ ਮੇਰਾ ਭਤੀਜਾ ਹੈ, 2 ਸਾਲ ਪਹਿਲਾਂ ਮੇਰੇ ਕੋਲ ਸਿੱਖਣਾ ਸ਼ੁਰੂ ਕੀਤਾ, ਇਸ ਲਈ ਮੈਨੂੰ ਕਿਹਾ ਸਾਰੇ ਕੰਮ ਪਤਾ ਨਹੀਂ ਸਭ ਸੁਣਾਓ ਸਿਖਾਇਆ ਅਤੇ ਹੱਸਣ ਲੱਗ ਪਿਆ। ਹੌਲੀ ਹੌਲੀ ਕਰਦਿਆਂ ਰੋਜ਼ ਮਿਹਨਤ ਕਰਦਿਆਂ 2-2, 3-3 ਘੰਟੇ ਸਵੇਰ ਸ਼ਾਮ ਬੈਠਿਆ ਅਤੇ ਹੁਣ ਮੈਨੂੰ ਕਹਿਣ ਲੱਗ ਪੈਂਦਾ ਭਾਜੀ ਇੱਥੋਂ ਇੱਦਾਂ ਕਰ ਲਈ, ਪਹਿਲੇ ਦਿਨ ਨਹੀਂ ਸੀ। ਵਾਰ ਵਾਰ ਕਰਨ ਕਰਕੇ ਵਾਰ ਵਾਰ ਮਿਹਨਤ ਕਰਨ ਕਰਕੇ ਰੁਪਈਏ ਹੋ ਗਏ, ਵਾਰ ਵਾਰ ਪਰ ਸ਼ੁਰੂ ਹੋ ਗਈ ਸਾਰੇ ਗਾਵਾਂ ਇੱਥੋਂ ਹੀ ਹੋਏ ਸਨ। ਗਾਵਤ ਗਾਵਤ ਜੈਸੇ ਕਾਇਮ ਗੁਨੀਨ ਹੈ, ਸੁਮਤ ਸੁਮਤ ਸੁੰਦਰ, ਬਹੁਤ ਕਿਸਮ ਦੀਆਂ ਸਮੈਲਸ ਖੁਸ਼ਬੂਆਂ ਸੁੰਘਣ ਵਾਲਾ, ਉਸਨੂੰ ਝੱਟ ਪਤਾ ਲੱਗ ਜਾਂਦਾ ਹੈ ਇਹ ਗੁਲਾਬ ਦੀ ਖੁਸ਼ਬੂ ਹੈ, ਇਹ ਚਮੇਲੀ ਹੈ। ਅੱਜ ਜੋ ਮੇਰੇ ਬਜ਼ੁਰਗ ਕਰਦੇ ਬੈਠੇ ਨੇ ਪ੍ਰੋਫੈਸਰ ਜਰਨੈਲ ਸਿੰਘ ਮੇਰੇ ਪੁਰਾਣੇ ਮਿਹਰਬਾਨ ਨੇ, ਇਹ ਗੁਰੂ ਰਾਮਦਾਸ ਸਾਹਿਬ ਦੇ ਹਜ਼ੂਰੀ ਵਿੱਚ ਰਹਿੰਦੇ, ਉੱਥੇ ਜਿਹੜਾ ਅੰਮ੍ਰਿਤ ਵੇਲੇ ਚੌਂਕ ਸਾਹਿਬ ਨੂੰ ਪਿਓਰ ਗੁਲਾਬ ਲਾਉਂਦੇ ਨੇ ਨਾ, ਇੱਧਰ ਉਹਦੀ ਸਮੈਲ ਹੀ ਵੱਖਰੀ ਹੈ, ਇਹਨਾਂ ਨੂੰ ਝੱਟ ਪਤਾ ਲੱਗ ਜਾਂਦਾ ਇਹ ਪਿਓਰ ਗੁਲਾਬ ਹੈ ਇਹ ਚਮੇਲੀ ਹੈ, ਕਿਉਂਕਿ ਵਾਰ ਵਾਰ ਸੁਣਨ ਕਰਕੇ। ਸੁਮਤ ਸੁਮਤ ਸੁਣਦਾ ਜੈਸੇ ਤੋਂ ਸੁਵਾਸੀ ਹੋਤ, ਚਾਖਤ ਚਾਖਤ ਜੈਸੇ ਭੋਗੀ ਰਸ ਪੀਣ ਹੈ, ਬਹੁਤੀਆਂ ਡਿਸ਼ਿਜ਼ ਖਾਣ ਵਾਲਾ, ਬਹੁਤੇ ਖਾਣ ਖਾਣ ਖਾਣੇ ਖਾਣ ਵਾਲਾ ਸਮੈਲ ਲੈ ਕੇ ਦੱਸ ਦਿੰਦਾ ਅੱਜ ਗੋਭੀ ਬਣੀ, ਅੱਜ ਸਾਗ ਬਣਿਆ ਹੈ, ਅੱਜ ਆਲੂ ਬੜੀਆਂ ਬਣੀਆਂ ਨੇ, ਕਿਉਂਕਿ ਉਸਨੂੰ ਵਾਰ ਵਾਰ ਸੁਣਦਾ ਹੈ, ਸਮੈਲ ਲੈ ਕੇ ਦੱਸ ਦਿੰਦਾ।
एक काम आप सारे ने किया अगली मिसाल में सतवीं मिसाल चलत चलत जैसे पहुंचे ठिकाने जाए जिसने आप जी प्रभु तुरे सोना एक एक कदम गुरु वाल पटिया एक कदम जेडे कोई कहेंगे असं तो गड्डी आए हैं तो गड्डी का पहिया भी बार बार घूमया एक एक कदम अपने घरों चले इतने दाणा मंडी हिस्सों आ गए एक एक कदम बार बार पुटिया इतने आ गए भाई गुरदास जी कहते इस तरह चलत चलत जैसे पहुंचे ठिकाने जाए खोजत खोजत गुर जो बार बार पाठ करेंगे ना बार बार बाणी पढ़ा ना खोजत खोजत गुर एक दिन ऐसा आएगा जब शब्द की निगरीता प्राप्त हो जाएगी बार बार करना इसलिए सबको आख्या मेरा सिख रोजाना ने पूरी कर खोजत खोजत गुर शब्द लिवलीन है जो शब्द हिरदे वस गया ना सत्संग जी तो पार पारा हो जाएगा शब्द हिरदे वसना चाहिए जो आप समृत सतगुरु को आए हैं तो वो साढ़े दिल का इलाज करता है ताकि इतने शब्द बस सके इतने शब्द बस सके दिल का हुजरा साफ कर हुजरा मैंने दिल का बेड़ा आप अपने दिल को साफ कर दिल का हुजरा साफ कर जाना के आने के लिए जाना मैंने प्यारा प्रीतम वाहगुरु जी ने तुहाडे दिल में निवास करना हो इसलिए दिल को साफ करो उर्दू का एक राइटर कहता है दिल का हुजरा साफ कर जाना के आने के लिए अरे ध्यान गैरों से उठा उसके बिठाने के लिए अगे साड़ी हाल एक दिल लाखों तमन्ना एक दिल लाखों तमन्ना इस पे भी ज्यादा हवस फिर ठिकाना है कहां उसके बिठाने के लिए दिल ते भरिया पिया है तमन्ना ना हवस ना हो अज सौ है कल हजार फिर लाख करोड़ कभी नहीं रुकते दिल से भरिया हुआ है तमन्ना नाल हवस नाल ठिकाना है कहां उसके बिठाने के लिए धन गुरु गोबिंद साहब सच्चे पातशाह के जीवन की एक गल साईं जी हां बच्चे हो साईं जी असं सुनिया यह अपने नेड़े ही बड़े पूरे सूरे सतगुरु आए ने साईं आखन लगे कौन जी नाम तो उन्हों का है गुरु गोबिंद सिंह गुरु नानक साहब की गद्दी ने दसवें गुरु ने दसवां जामा ने अच्छा बच्चे उन्होंने कोई सिर्फ बड़िया करामात वाले ने बड़िया करामत वाले ने बड़े जाहो जलाल वाले ने अच्छा साईं अपने अच्छा साईं जी साडा मन करता है कि तुसी साडे नाल चलो ते आपां गुरु गोबिंद सिंह महाराज जी दे दर्शन कर लईए ये साईं सिर पीर गुरु शब्द सतौरे का रहना तो सतगुरु आए हुए सन पौंदा साहिब ते पीर गुरु शब्द इसका ना दिल शुद्ध रुकी हुई सी प्रभु चरणा में मिलने लिए आखन लगा चलो गुरु नानक की गद्दी तो मैं वाकफ हाँ गुरुदेव बहादुर साहब की शहादत तो भी मैं वाकफ हाँ जो हूँ दसवीं जामे में बैठे ने उन्होंने दर्शन करना है शायद मेरी रुकी हुई सुरत किसी तरह अगे तुर सके सत्संग जी पीर गुरु शाह पौंदा साहब सतपुरा के दर्शन करना मन में एक ख्याल से भी एवें दे हो गए अपने मुरीदों को आखन लगे जिस गुरु के दर्शनों मैं लैके चले हो वो किन्नी कुमता है आखन लगे चढ़ती जवानी में अच्छा मैं तो दाड़ी सफेद हो गई है मेरी पीर जी सोच जिसने सतगुरों के दरबार में आए ना सत्संग जी तो सतगुरों का शाही जाहो जलाल वेख्या तो पीर साहब के मन में शंका हो कि मैं जिसके दर्शन करना आया हाँ मैं तो उस बारे इदा का सोचा नहीं सी इदा सोचते सोचते ना जिमें अज आप धन गुरु ग्रंथ साहब महाराज जी के आगोश में बैठे हाँ सिख संगत भी इस तरह बैठी हुई सन तो पीर जी गुरु साहब के सामने आ गए झुके मत्था टेकन लगे ने सिर थोड़ा जि झुकाया भी है पर अंदर ना एक होमे आ गई
मैं उम्र में बैठा हाँ मेरे नाल मेरे मुरीद आए ने की सोचणगे मैं बजुर्ग हो के नौजवान को हो गया मत्था पे टेक दिया सत्संग जी पीर जी ने मत्था ना टेके ते हाथ अगे कर दिता तैं हाथ मिलाउण लगा दस्त पंजा कर हाथ अगे किया सतगुरु कट कट के अंतर की जाने उन्होंने हाथ ना अपने दोनों हाथों में लिया इस तरह ते अपने वालों करके ना सतगुरु ने नाल बिठा दिया चुप कोई गलबात नहीं कुछ सेकेंडा बाद पीर जी बोले सतगुरु वालों देखिया आखन लगे अल्लाह का वसल बस वसल मैंने मिला परमात्मा का मिलाप अल्लाह का वसल जिन्ना छोटा सवाल सतगुरु ने उन्ना ही छोटा जवाब दिया पीर जी आखन लगे अल्लाह का वसल सतगुरु आखन लगे जिन्हें रात नू दिन का वसल जिन्ना छोटा सवाल उन्ना छोटा जवाब पीर जी ने आख्या अल्लाह का मिलाप सतगुरु ने आख्या जिन्हें रात नू दिन का मिलाप रात नू दिन का वसल पीर जी सोचन लगे जदों रात नू दिन का मिलाप हुंदा है रात ते रहिंदी कोई नहीं मिलाप होने लई दो चीज़ों का होना जरूरी है एक चीज़ तो खत्म ही होगी तो मिलाप नहीं होगा वसल किवें कर कुछ कह नहीं लगे सन तो सतगुरु ने आख्या हाँ पीर जी बिल्कुल सही अल्लाह का वसल जिवें रात नू दिन का वसल रात नू दिन का मिलाप पीर जी आखण लगे सतगुरु जी रात ते बाकी ना रही जदों दिन आया एक चीज ते खत्म ही हो गई ते मिलाप किवें होया सतगुरु आखण लगे रात दा अपना कोई वजूद नहीं इसे तरह दिल दे अंदर जो काम क्रोध लोभ मोह अहंकार का हनेरा है जदों ये हनेरा दूर हो गया अंदर रह गया कल्ला सच काम क्रोध लोभ मोह अहंकार का हनेरा दूर होया अंदर रह गया कल्ला सच अंदर ले सच और बाहर दे सच का मिलाप जो है ये हो जाए पीर जी ने अगे सवाल किया रात का हनेरा किवें दूर हो ससुर जी मैं बहुत कृत गया हाँ मतलब थैंक यू मैं जरा किसी को बहुत क्वाइटली शांति बैठ के सुन लिया कुछ मिनट बोल लो आराम से साईं जी आखन लगे रात का हनेरा किवें दूर हो सतगुरु जब सूरज चढ़े नवी पीर जी सूरज का चढ़ना अपने हथ बस में रात का हनेरा किवें दूर होवे सतगुरु आखन लगे जो सच का सूरज चढ़े दिल का हनेरा दूर हो जाएगा पीर जी सूरज का चढ़ना अपने हथ बस में सतगुरु आखन लगे मुंड का चढ़ना तो अपने हथ बस है सच का सूरज चढ़ेगा दिल का हनेरा दूर हो जाएगा पीर आखन लगे सूरज का चढ़ना अपने हथ बस है सतगुरु आखन लगे मुंड का चढ़ना तो अपने हथ बस है तो पीर जी आखन लगे छुटदा नहीं पीर जी आखन लगे सतगुरु जी तू छुटदा नहीं सतगुरु आखन लगे जिन्ना छुटता है उन्ना तो छोड़ो जिन्ना छुटता है उतना तो छोड़ो पीर जी आखन लगे पूरे पाके दसो सतगुरु आख्या पीर जी संगत करिया करो संगत करिया करो पूरा हनेरा दूर हो जाए तो पीर जी ने झट ही आख दिता जी सतगुरु संगत दे विच ते आया हाँ संगत दे विच ते आ गया हाँ तो सतगुरु आखण लगे पीर जी संगत दे विच ते आ गए हो पर संजो पा के आए हो संजो हुंदा सत्संग जी कि लोहे का बस्तर जिहड़ा जदों पुराने समय में युद्ध हुंदा सी ना सूबे बह के जाते हुए संजय तो तीर तलवार का वार नहीं सी लोहे का एक वच कर संजोड़ के
ਸਤਿਗੁਰੂ ਆਖਣ ਲੱਗੇ ਪੀਰ ਜੀ ਸੰਗਤ ਕਰਿਆ ਕਰੋ। ਆਖਣ ਲੱਗੇ ਸੰਗਤ ਦੇ ਵਿੱਚ ਤੇ ਆਇਆ। ਸਤਿਗੁਰੂ ਕਹਿੰਦੇ ਆਏ ਤਾਂ ਹੋ ਪਰ ਸੰਜੋਗ ਪਾ ਕੇ। ਪੀਰ ਜੀ ਆਖਣ ਲੱਗੇ ਮੈਂ ਸਮਝਿਆ ਨਹੀਂ। ਤੇ ਸਤਿਗੁਰੂ ਨਾ ਮੁਸਕਰਾਏ ਥੋੜਾ ਜਿਹਾ। ਆਖਣ ਲੱਗੇ ਵਾਹ ਪੀਰ ਜੀ ਖਾਨਦਾਨੀ ਪੀਰ ਸਦਾਉਂਦੇ ਹੋ ਪਰ ਲੋਕਾਂ ਨੂੰ ਸਮਝਾਉਂਦੇ ਹੋ, ਆਪ ਵੀ ਨਹੀਂ ਸਮਝੇ। ਨਹੀਂ ਸਤਿਗੁਰੂ ਮੈਂ ਸਮਝਿਆ ਨਹੀਂ। ਆਖਣ ਲੱਗੇ ਜਿਸਨੇ ਸੰਗਤ ਵਿੱਚ ਆਏ ਸੋ ਨਾ ਹਉਮੈ ਹੰਕਾਰ ਦੀ ਸੰਜੋਗ ਪਾ ਕੇ ਆਏ ਸੋ, ਮੇਰੇ ਨਾਲ ਇੰਨੇ ਮੁਰੀਦ ਆਏ ਨੇ, ਮੇਰੀ ਰਹਿ ਆਵੇ ਗੁਰੂ ਉਮਰ ਵਿੱਚ ਮੇਰੇ ਨਾਲ ਛੋਟਾ ਹੈ। ਬਸ ਪੀਰ ਜੀ ਜਦੋਂ ਹਉਮੈ ਹੰਕਾਰ ਦੀ ਸੰਜੋਗ ਉਤਾਰ ਦਿਓਗੇ ਨਾ ਤੇ ਫਿਰ ਬਾਣੀ ਗੁਰੂ ਜੀ ਕਹਿੰਦੇ ਨੇ ਸਤਿਗੁਰ ਸੂਰਮੇ ਵਾਹਿਗਾ ਬਾਣ ਜੋ ਇਹ ਲਾਗਤ ਹੀ ਭਾਈ ਮੇਰੇ ਭਰਿਆ ਪਰਾ। ਜਿਸਨੇ ਸਤਸੰਗ ਜੀ ਕਾਮ ਕ੍ਰੋਧ ਲੋਭ ਅਹੰਕਾਰ ਦੀ ਸੰਜੋਗ ਉਤਾਰ ਕੇ ਨਿਮਰਤਾ ਧਾਰਨ ਕਰਕੇ ਗੁਰੂ ਦੀ ਸੰਗਤ ਵਿੱਚ ਆਵਾਂਗੇ ਨਾ ਤੇ ਸੱਚ ਦਾ ਸੂਰਜ ਆਪੇ ਚੜ੍ਹ ਜਾਏਗਾ, ਉਗਦਾ ਹਨੇਰਾ ਦੂਰ ਹੋ ਜਾਏਗਾ, ਅੰਦਰਲੇ ਔਰ ਬਾਹਰਲੇ ਸੱਚ ਦਾ ਮਿਲਾਪ ਹੋ ਜਾਏਗਾ। ਸਮਾਂ